ਇਹ ਸਾਰਿਆਂ ਨੂੰ ਵਰਤਾ ਰਿਹਾ ਦੇਖੋ, ਕਹਿੰਦਾ ਪੀ ਲੈ ਨਾ 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 ਆਈ ਡੋਂਟ ਨੋ ਵਟ ਹੀ ਸੇਇੰਗ ਬਾਹਰ ਦੇਖੋ ਪੂਰੀ ਨਦੀ ਜਮੀ ਪਈ ਹੈ। ਸਤਿ ਸ਼੍ਰੀ ਅਕਾਲ, ਇੱਕ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ। ਜਿਨ੍ਹਾਂ ਨੇ ਪਿਛਲੇ ਬਲੌਗ ਦੇਖੇ ਸੀ, ਆਪਾਂ ਨੇ ਰਸ਼ੀਆ ਦੇ ਪਿੰਡ ਘੁਮਾਏ ਸੀ। ਅੱਜ ਆਪਾਂ ਚੱਲਿਆ ਵੀ ਯਾਕੂਸਤਕ, ਇਹ 3-4 ਦਿਨਾਂ ਦੀ ਟ੍ਰੇਨ ਜਰਨੀ ਰਹਿਣ ਵਾਲੀ ਹੈ। ਇੱਥੋਂ ਲਗਭਗ 2500 ਕਿਲੋਮੀਟਰ ਦੂਰ ਹੈ, ਤਾਂ ਪਹਿਲੀ ਟ੍ਰੇਨ ਲੈ ਕੇ 1300 ਕਿਲੋਮੀਟਰ ਜਾਵਾਂਗੇ ਆਪਾਂ ਸਕੌਰਦੀਨੋ, ਉੱਥੋਂ ਪਰ ਚੇਂਜ ਕਰਕੇ ਫਿਰ ਅੱਗੇ 1300 ਕਿਲੋਮੀਟਰ ਦੀ ਦੂਜੀ ਟ੍ਰੇਨ। ਸਵੇਰ ਦੇ 5 ਵੱਜ ਗਏ ਵੀ 6 ਵਜੇ ਮੇਰੀ ਟ੍ਰੇਨ ਹੈ। ਬਹੁਤ ਜ਼ਿਆਦਾ ਇੱਥੋਂ ਮਾਲ ਗੱਡੀਆਂ ਲੰਘਦੀਆਂ ਨੇ, ਵੀ ਨਿਕਲ ਰਿਹਾ ਦੇਖੋ ਧੂੰਆਂ। ਰਾਤ ਨੂੰ ਤਾਂ ਵੀ ਜਮ੍ਹਾਂ ਹੀ ਸ਼ਾਂਤੀ ਹੁੰਦੀ ਹੈ, ਵੈਸੇ ਵੀ ਜਨਸੰਖਿਆ ਜ਼ਿਆਦਾ ਹੈ ਨਹੀਂ। ਹਵਾ ਜੀ ਕੱਢਦੇ ਰਹਿੰਦੇ ਆ ਵੀ ਇੰਜਣ 'ਚ, ਉਰੇ ਸਾਰੀਆਂ ਕੋਇਲ ਵਾਲੀਆਂ ਸਾਰੀਆਂ ਲਾਈਨਾਂ ਫੁੱਲ ਰਹਿੰਦੀਆਂ ਨੇ। ਇੱਧਰ ਗੱਡੀ ਜਾ ਰਹੀ ਹੈ ਵੀ ਸਾਰੀ ਗੱਡੀ ਦੇਖੋ ਵੀ ਕਿੰਨੀ ਜ਼ਿਆਦਾ ਸੋਹਣੀ ਜਾ ਰਹੀ ਹੈ। 2 ਜਾ ਰਹੀਆਂ ਨੇ ਗੱਡੀਆਂ ਲੈਣ, ਹੇਠਾਂ ਜਾਣ ਵਾਲਾ ਰਾਹ ਇਹਨਾਂ ਨੇ ਬੰਦ ਕੀਤਾ, ਹੇਠਾਂ ਜਾ ਨਹੀਂ ਸਕਦੇ। ਸਾਰੀ ਮਾਰਕੀਟ ਇਹ ਵੀ 24 ਘੰਟੇ ਵਾਲੀ ਹੈ, 7 ਦਿਨ ਵਾਲੀ, ਦੇਖੋ ਹੁਣ ਵੀ ਖੋਲ੍ਹੀ ਹੈ। ਖਾਣ ਨੂੰ ਲੈਣਾ ਯਾਰ ਕਪੂਸਤਾ ਕਪਾਸਤਾ, ਬ੍ਰੈਡ ਬ੍ਰੈਡ ਜੇ ਤਾਂ ਪਏ ਨੇ ਦੇਖੋ। ਹਾਂ ਕਪੂਸਤਾ ਕਪੂਸਤਾ ਯਾਰ 2 ਲੈ ਲਈਏ ਦਾਦਾ। ਇਹ ਚੀਜ਼ ਵੀ ਘੈਂਟ ਹੁੰਦੀ ਹੈ ਵੀ ਪੂਰੀ ਜੀ, ਇਹ 70 ਰੂਬਲ ਦੀ ਹੈ, ਕਾਫੀ ਵੱਡੀ ਹੁੰਦੀ ਹੈ ਦੇਖੋ। ਐਨਰਜੀ ਡਰਿੰਕ ਹੈ ਵੀ ਇਹਨਾਂ ਦੀ, ਐਂਡਰਲੀਨ ਗੇਮ ਫੁੱਲੇ ਫਲਾਣਾ ਧਮਕਾ ਸਾਰੀਆਂ। ਵੈਸੇ ਤਾਂ ਵੀ ਟ੍ਰੇਨ 'ਚ ਵੀ ਖਾਣਾ ਮਿਲਦਾ ਪਰ ਉਹ 'ਚ ਚੌਲ ਜਿਹੇ ਹੁੰਦੇ ਆ ਰਵਾਲੇ ਹੋਏ, ਉਹ 'ਚ ਟੇਸਟ ਤਾਂ ਹੁੰਦਾ ਨਹੀਂ। ਮੈਂ ਪਿਛਲੇ ਸਫ਼ਰ 'ਚ ਉਹੀ ਕੁਛ ਖਾਂਦਾ ਸੀ ਟ੍ਰੇਨ 'ਚ। ਬਾਕੀ ਯਾਰ ਬਹੁਤ ਔਖਾ ਹੈ, ਮਤਲਬ ਜਿਹੜੇ ਹੱਥ 'ਚ ਮੈਂ ਫੋਨ ਫੜਿਆ ਨਾ ਉਹ 'ਚ ਵੀ ਮੇਰਾ ਲਿਫਾਫਾ ਟੰਗਿਆ। ਉਲਾਨ ਉਡੇ ਬਗਜ਼ਾਰ ਆ ਗਏ ਰੇਲਵੇ ਸਟੇਸ਼ਨ, ਕਾਫੀ ਸੋਹਣਾ ਯਾਰ, ਰਾਤ ਨੂੰ ਕਾਫੀ ਘੈਂਟ ਲੱਗਦਾ ਐਂਟਰੈਂਸ ਹੈ। ਵੇਟਿੰਗ ਏਰੀਆ 'ਚ ਬੈਠੇ ਯਾਰ, ਆਪਣੀ ਟ੍ਰੇਨ ਆਊਗੀ ਵੀ 6:02 ਦੇ, ਅਤੇ ਅੱਧਾ ਘੰਟਾ ਖੜੂਗੀ ਉਰੇ। ਆਹ ਵੀ ਚਾਰਜਿੰਗ ਬੋਰਡ ਲੱਗੇ ਹੋਏ ਦੇਖੋ ਸਾਰੇ, ਫੋਨ ਚਾਰਜ ਕਰਨ ਨੂੰ। ਇੱਧਰ ਥਰਮਾਮੀਟਰ ਵੀ ਲੱਗਿਆ ਟੈਂਪਰੇਚਰ ਵਾਸਤੇ। ਵੇਟਿੰਗ ਏਰੀਆ ਉਰੇ ਕਈ ਹੁੰਦੇ ਆ ਵੀ ਅਲੱਗ ਅਲੱਗ ਪਲੇਟਫਾਰਮਾਂ ਦੇ ਹਿਸਾਬ ਨਾਲ ਹੁੰਦੇ ਆ। ਸਾਰੀਆਂ ਟ੍ਰੇਨਾਂ ਵੀ ਉਰੇ ਮੋਸਕੋ ਤੋਂ ਚੱਲਦੀਆਂ ਨੇ, ਵਲਾਦੀਵੋਸਤਕ ਜਾਂਦੀਆਂ ਨੇ, ਟ੍ਰਾਂਸ ਸਾਇਬੇਰੀਅਨ ਟ੍ਰੇਨ 'ਚ ਆਪਾਂ ਜਰਨੀ ਕਰਾਂਗੇ। ਹਰ ਟ੍ਰੇਨ ਲਗਭਗ ਵੀ 7-8 ਦਿਨਾਂ ਦਾ ਸਫ਼ਰ ਤੈਅ ਕਰਦੀ ਹੈ, ਇੰਨਾ ਵੱਡਾ ਹੈ ਰਸ਼ੀਆ। 12 ਟਾਈਮ ਜ਼ੋਨ ਨੇ ਰਸ਼ੀਆ ਦੇ ਵਿੱਚ, ਅਮਰੀਕਾ ਦੇ ਵਿੱਚ 6 ਨੇ, ਕੈਨੇਡਾ ਦੇ ਵਿੱਚ ਵੀ 6 ਨੇ, ਸਭ ਤੋਂ ਵੱਡਾ ਦੇਸ਼ ਹੈ ਇਹ। 2 ਨੰਬਰ 'ਤੇ ਜਾਣਾ ਆਪਾਂ ਨੇ। ਪਲੇਟਫਾਰਮ ਵੀ ਬਈ ਬੰਦ ਹੁੰਦੇ ਆ ਸਾਰੇ ਦੇਖੋ, ਉਰੇ ਵੀ ਗੇਟ ਲੱਗੇ ਹੋਏ ਆ ਵੀ ਤਾਂ ਜੋ ਉੱਧਰੋਂ ਹਵਾ ਨਾ ਆਵੇ। ਆਪਣਾ 4 ਨੰਬਰ ਪਲੇਟਫਾਰਮ ਹੈ ਬਈ, 4 ਤੇ ਆਊਗੀ, 4 ਇੱਧਰ ਹੈ। ਦੋਆ ਇਹ ਆਪਣੇ ਨਾਲ ਸਫ਼ਰ ਕਰਨਗੇ ਸਾਰੇ। ਜਿਹੜੀਆਂ ਪੌੜੀਆਂ ਹੁੰਦੀਆਂ ਨੇ ਨਾ, ਇਹ ਲੱਗਦਾ ਵੀ ਜਿਵੇਂ ਮੈਟ ਵਿਛਾਇਆ ਹੋਵੇ ਨਾ, ਖੁਰਦਰੀਆਂ ਹੀ ਹੁੰਦੀਆਂ ਨੇ, ਮੈਂ ਪੈਰ ਨਹੀਂ ਸਲਿਪ ਹੁੰਦਾ ਬਈ। ਪਲੇਟਫਾਰਮ 'ਤੇ ਆ ਗਏ ਵੀ ਆਪਾਂ, 4 ਇੱਧਰ ਲਾਇਆ। ਪਹਿਲਾਂ ਵੀ ਟ੍ਰੇਨ ਨੰਬਰ ਹੁੰਦਾ, ਉਹ ਤੋਂ ਬਾਅਦ ਵੀ ਡੱਬੇ ਦਾ ਨੰਬਰ, ਫਿਰ ਉਹ ਤੋਂ ਬਾਅਦ ਸੀਟ ਨੰਬਰ। ਦੇਖੋ ਆਪਣਾ ਡੱਬਾ ਕਾਫੀ ਅੱਗੇ ਆਊਗਾ ਯਾਰ। ਆਪਣੀ ਰੇਲ ਗੱਡੀ ਆ ਗਈ ਵੀ ਜਮ੍ਹਾਂ ਟਾਈਮ 'ਤੇ ਆ, ਜਮ੍ਹਾਂ ਲੇਟ ਨਹੀਂ ਹੁੰਦੀਆਂ ਉਰੇ ਟ੍ਰੇਨਾਂ। ਇੱਥੇ ਵੀ ਜਿਹੜੇ ਡਰਾਈਵਰ ਨੇ ਉਤਰ ਕੇ ਬਦਲਦੇ ਵੀ, ਇਹਨਾਂ ਦੀ ਸ਼ਿਫਟ ਵੀ ਚੇਂਜ ਹੁੰਦੀ ਹੈ। ਹੈਗੀ ਇਲੈਕਟ੍ਰਿਕ ਹੈ ਰਸ਼ੀਅਨ ਰੇਲਵੇ। ਆਹ ਡੱਬਾ ਹੈ ਵੀ ਆਪਣਾ 2 ਨੰਬਰ।
ਆ ਛੋਟੀ ਜਿਹੀ ਸਕਰੀਨ ਲੱਗੀ ਹੁੰਦੀ ਹੈ ਵੀ ਇੱਥੇ ਡੱਬਾ ਨੰਬਰ ਹੁੰਦਾ ਸਾਰਾ ਕੁਛ ਟਾਈਮ ਹੈ ਨਾ ਏ ਟੂ ਜੈਡ ਚੀਜ਼ ਹਜੇ ਤਾਂ ਲੋਕ ਉਤਰਨਗੇ ਵੀ ਇਹ ਸਾਰਾ ਉਰੇ ਗਾਰਬੇਜ ਉਤਰੂਗਾ ਬਈ ਸਾਰੇ ਡਸਟਬਿਨ ਦੇਖੋ ਖੁੱਲ੍ਹਦਾ ਸਿਸਟਮ ਇੱਕ ਹੋਰ ਟ੍ਰੇਨ ਆ ਗਈ ਬਈ ਉੱਤਰ ਰਿਹਾ ਵੀ ਕਾਫੀ ਪੈਸੈਂਜਰ ਖਾਲੀ ਹੋ ਗਈ ਮੈਂ ਲੈ ਲਿਆ ਬਿੱਲੀ ਵੀ ਜਾੜੀ ਫਿਰਦੀ ਹੈ ਨਾਲ ਇਹ ਆਪਣੀ ਸੀਟ ਵੀ ਜਮਾਂ ਕੁੰਚ ਵਾਲੀ ਟ੍ਰੇਨ ਬੋਰਡ ਕਰ ਲਈ ਯਾਰ ਬੈੱਡ ਸ਼ੀਟ ਸਾਰਾ ਕੁਝ ਦੇਖਦਾ ਗੁੱਡ ਆਫਟਰਨੂਨ ਬਈ ਮੈਂ ਸੌਂ ਗਿਆ ਸੀ ਹੁਣੇ ਉੱਠਿਆ 12:30 ਵਜ ਗਏ ਬਾਹਰ ਦਾ ਵਿਊ ਦੇਖੋ ਕੁਛ ਪਹਾੜਾਂ ਦੇ ਵਿੱਚ ਦੀ ਜਾ ਰਹੀ ਹੈ ਟ੍ਰੇਨ ਇਹ ਸਾਰੇ ਪਾਣੀ ਹੈ ਬਈ ਫਰੀਜ ਹੋਇਆ ਪਿਆ ਪਾਣੀ ਹੈ ਪਾਣੀ ਬਈ ਕੋਈ ਸਟੇਸ਼ਨ ਆ ਗਿਆ ਮੈਨੂੰ ਲੱਗਦਾ ਇੱਧਰ ਵਿਊ ਦੇਖੋ ਵੀ ਬਾਬੇ ਵਾਲੀ ਸਾਈਡ ਆ ਗਿਆ ਵੀ ਸਟੇਸ਼ਨ ਛੋਟੇ ਜਿਹੇ ਪਿੰਡ ਦਾ ਹੈ ਕਿਸੇ ਦਾ ਇਹ ਨਦੀ ਹੈ ਵੀ ਦੇਖੋ ਸਾਰੀ ਜਮ ਗਈ ਬਹੁਤ ਚੌੜੀ ਹੈ ਹਰੇ ਜਿਹੇ ਦਰਖਤ ਕਿੰਨੇ ਜ਼ਿਆਦਾ ਸੋਹਣੇ ਲੱਗ ਰਹੇ ਬਈ ਕਾਫੀ ਲੰਬੇ ਵਕਤ ਬਾਅਦ ਦੇਖ ਰਿਹਾ ਮੈਂ ਨੀਂਦ ਬਹੁਤ ਘੈਂਟ ਆਈ ਬਈ ਸਵਾਦ ਆ ਗਿਆ ਅਤੇ 1:15 ਹੋ ਗਿਆ ਬਈ ਮੈਂ ਸੁੱਤਾ ਸੀ ਉਹਦੀ ਸੌਂ ਗਿਆ ਸੀ ਹੈ ਨਾ 6:30 ਅਤੇ ਥੱਕੇ ਬੰਦੇ ਨੂੰ ਨੀਂਦ ਸੱਚੀ ਘੈਂਟ ਆਉਂਦੀ ਹੈ ਜਿਹੜੀ ਇਹ ਸੀਟ ਹੁੰਦੀ ਹੈ ਨਾ ਇਹਦਾ 21 ਪੰਗਾ ਹੈ ਜਿਵੇਂ 2 ਸੀਟਾਂ ਨੇ ਇਹਨਾਂ ਦੇ ਵਿਚਾਲੇ ਟੇਬਲ ਹੈ ਨਾ ਇਹ ਫਿਕਸ ਹੈ ਮਤਲਬ ਸੀਟਾਂ ਲੱਗ ਰਹੇ ਹੁਣ ਜੇ ਮੈਨੂੰ ਸੀਟ ਇਹ ਇਕੱਠੀ ਕਰਨੀ ਪਊਗੀ ਟੇਬਲ ਉਰੇ ਵਿਚਾਲੇ ਬਣੂਗਾ ਬਸ ਇੰਨਾ ਕੀ ਇਹਦਾ ਥੋੜ੍ਹਾ ਡਿਸਐਡਵਾਂਟੇਜ ਹੈ ਉੱਦਾਂ ਹੀ ਸੀਟ ਘੈਂਟ ਹੈ ਸਾਈਡ 'ਤੇ ਰਸ਼ੀਅਨ ਟ੍ਰੇਨ ਦਾ ਤੁਹਾਨੂੰ ਮੈਂ ਟੂਰ ਦਿੰਦਾ ਉਰੇ ਮੀਨੀਅਮ ਬਲੌਗਰ ਇਹ ਟ੍ਰੇਨ ਵੀ ਵਲਾਦੀਵੋਸਤਕ ਤੋਂ ਮਾਸਕੋ ਫਿਰ ਪੁੱਠੀ ਚੱਲਦੀ ਹੈ ਅਤੇ ਇਹ ਸਾਰਾ ਵੀ ਟ੍ਰੇਨ ਦਾ ਮੈਪ ਲਿਖਿਆ ਹੁੰਦਾ ਵੀ ਕਿਹੜੇ ਸਟੇਸ਼ਨ 'ਤੇ ਕਿੰਨਾ ਟਾਈਮ ਰੁਕੂਗੀ ਹੁਣ ਅਗਲੇ ਸਟੇਸ਼ਨ 'ਤੇ ਵੀ ਇਹ ਲਗਭਗ 21 ਮਿੰਟ ਰੁਕੂਗੀ ਬਾਕੀ ਟ੍ਰੇਨ ਦੇ ਵਿੱਚ ਤੁਹਾਨੂੰ ਬੀਅਰ ਬੂਰ ਐਨਰਜੀ ਡਰਿੰਕ ਸਾਰਾ ਕੁਛ ਮਿਲ ਜੂਗਾ ਹੈ ਨਾ ਰੇਟ ਲਿਸਟ ਲਿਖੀ ਹੁੰਦੀ ਹੈ ਦੇਖੋ ਸਾਰਾ ਕੁਛ ਆ ਗਰਮ ਪਾਣੀ ਵਾਲੀ ਮਸ਼ੀਨ ਲੱਗੀ ਹੋਈ ਵੀ ਇਹ ਮਾਡਰਨ ਹੈ ਪੁਰਾਣੀਆਂ ਦੇ ਵਿੱਚ ਓਪਨ ਹੁੰਦੀ ਸੀ ਇਹ ਦੇਖੋ ਤਾਂ ਸਾਰੀ ਕਵਰ ਹੈ ਉੱਠ ਗਏ ਲੋਕ ਰਾਤ ਤਾਂ ਸਾਰੇ ਸੁੱਤੇ ਪਏ ਜੀ ਬਹਿ ਗਏ ਹੁਣ ਥੋੜ੍ਹਾ ਸਪੇਸ ਘੱਟ ਹੁੰਦਾ ਯਾਰ ਤੁਰੇ ਜਾਣ ਨੂੰ ਉੱਦਾਂ ਵਾਲੇ ਗੁੱਡ ਬਾਹਰ ਤਾਂ 2 ਡਿਗਰੀ ਹੈ ਠੰਡ ਹੈ ਬਾਹਰ ਕਾਫੀ ਅੰਦਰ 23 ਹੈ ਆਟੋਮੇਟਡ ਡੋਰ ਖੁੱਲ੍ਹ ਗਈ ਇਹ ਵਾਸ਼ਰੂਮ ਆ ਗਏ ਉੱਧਰ ਨਾਲ ਹੀ ਸ਼ਾਵਰ ਏਰੀਆ ਤੁਸੀਂ ਨਹਾ ਸਕਦੇ ਹੋ ਹਰਾ ਮਤਲਬ ਵੀ ਕੋਈ ਨਹੀਂ ਹੈਗਾ ਅੰਦਰ ਤੁਸੀਂ ਜਾ ਸਕਦੇ ਹੋ ਲਾਲ ਮਤਲਬ ਵੀ ਅੰਦਰ ਵੀ ਹੈਗਾ ਲੋਕ ਹੈ ਰਸ਼ੀਅਨ ਟ੍ਰੇਨ ਦੇ ਵਿੱਚ ਤੁਸੀਂ ਖੁੱਲ੍ਹ ਕੇ ਨਹਾ ਸਕਦੇ ਹੋ ਪੂਰਾ ਤਕੜਾ ਪ੍ਰਬੰਧ ਹੁੰਦਾ ਹਰ ਚੀਜ਼ ਦਾ ਆਹ ਬਾਸ਼ਪੀਜਨ ਆ ਗਿਆ ਵੀ ਆਹ ਲਿਕਡ ਆਉਂਦਾ ਇਹਦੇ ਵਿੱਚ ਟੂਟੀ ਇਹਦੇ ਅੰਡਰ ਹੁੰਦੀ ਹੈ ਸ਼ੀਸ਼ੇ ਦੇ ਸ਼ੀਸ਼ਾ ਕਾਫੀ ਜ਼ਿਆਦਾ ਚੌੜਾ ਹੁੰਦਾ ਵੀ ਆਹ ਟੋਇਲਟ ਸੀਟ ਆ ਗਈ ਅਤੇ ਇੱਧਰ ਸ਼ਾਵਰ ਆ ਗਿਆ ਪੂਰਾ ਤੁਸੀਂ ਜੀ ਭਰ ਕੇ ਨਹਾ ਸਕਦੇ ਹੋ ਪਰ ਇਹ ਬਟਨ ਜਿਹਾ ਦੱਬ 2 ਸਕਿੰਟਾਂ ਬਾਅਦ ਦੱਬਣਾ ਪੈਂਦਾ ਕਿਉਂਕਿ ਪ੍ਰੈਸ਼ਰ ਬਣਦਾ ਫਿਰ ਪਾਣੀ ਨਿਕਲਦਾ ਮੈਂ ਪਿਛਲੀ ਵਾਰ ਸ਼ਾਵਰ ਲਿਆ ਸੀ ਬਈ ਕਿਉਂਕਿ ਜੇ ਟ੍ਰੇਨ 'ਚ ਨਹੀਂ ਨਾ ਇਹ ਫਿਰ ਐਕਸਪੀਰੀਅੰਸ ਹੀ ਨਹੀਂ ਕੀਤਾ ਫਿਰ ਕੀਤਾ ਕੀ ਹੈ ਨਾ ਸਾਬਣ ਸੁਬਣ ਰੱਖਣ ਜਗਾਰਮੈਂਟ ਅਤੇ ਸਾਰਾ ਵੀ ਟੰਗਣ ਨੂੰ ਕੱਪੜੇ ਕੁੱਪੜੇ ਆਉਣਾ ਤੁਹਾਡੇ ਕਾਫੀ ਖੁੱਲ੍ਹਾ ਯਾਰ ਕਾਫੀ ਵੱਡਾ ਹੈ ਨਹੀਂ ਵੀ ਛੋਟਾ ਜਿਹਾ ਕੱਕਤੀ ਵੀ ਆ ਸਭ ਕੁਛ ਤਾਲੀ ਉਹ ਚਿੰਨ ਰਿਹਾ ਇਤਨਾ ਵਲਾਦੀਵੋਸਤਕ ਵਲਾਦੀ ਖਾਪਾ ਰੂਸ ਖਾਰਾ ਸ਼ੋ ਖਾਰਾ ਸ਼ੋ ਮੀਨੀਆ ਓਮੀਆ ਕੌਨ ਓਮੀਆ ਕੌਨ ਯਾਕੂਸਤਕ ਔਰ ਉਜ਼ਬੇਕਿਸਤਾਨ ਦਰੁਗ 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 ਕਿਸਾਨ ਬਾਪੇ ਮੈਨੂੰ ਕਿਹਾ ਵੀ ਕੱਪ ਦੇ ਦੇ ਮੈਨੂੰ ਦੂਜੇ ਪਾਸੇ ਲੈ ਗਈ ਪਤਾ ਨਹੀਂ ਕੀ ਚੱਕਰ ਹੋ ਗਿਆ ਬਈ ਕੱਪ ਲੈਣਾ ਬਈ ਆ ਦੇਖੋ ਸਾਰੇ ਕੱਪ ਹੀ ਕੱਪ ਪਏ ਮਾਈਕਰੋਵੇਵ ਵੀ ਹੁੰਦਾ ਯਾਰ ਉਰੇ ਬਈ ਰੇਲ ਗੱਡੀ 'ਚ ਮਾਈਕਰੋਵੇਵ ਫਰਿੱਜ ਸਾਰਾ ਕੁਛ ਹੀ ਹੁੰਦਾ ਉਰੇ ਵਲੌਗ ਦੇਖੋ ਕਿਵੇਂ ਦੀ ਹੁੰਦੀ ਇਹਦੇ ਚਾਬੀ
ਆ ਦੇਖੋ ਬਾਅਦ ਵਿੱਚ ਦੇਖੋ ਕਿੰਨਾ ਵੱਡਾ ਲਾਇਆ, ਧੋ ਕੇ ਦਊਗੀ। ਸਟੇਸ਼ਨ 'ਤੇ ਆ ਕੇ ਰੁਕੀ ਹੈ ਵੀ ਇਹ ਟ੍ਰੇਨ, ਉੱਤਰਦੇ ਹਾਂ ਆਪਾਂ ਲਗਭਗ 6 ਘੰਟੇ ਬਾਅਦ ਟ੍ਰੇਨ ਰੁਕੀ ਹੈ ਵੀ। ਸਾਰੇ ਉੱਤਰ ਕੇ ਦੇਖੋ, ਉੱਤਰ ਕੇ ਇੱਕੋ ਹੀ ਕੰਮ ਕਰਦੇ ਆ, ਫੂਕਦੇ ਆ ਬਸ, ਲਾ ਲਈਆਂ ਸਿਗਰਟਾਂ ਬਸ ਪੀ ਜਾਣਗੇ ਸਾਰੇ। ਦੇਖੋ ਰਸ਼ੀਆ 'ਚ ਨੋਰਮਲ ਜਿਹੀ ਗੱਲ ਹੈ। ਆ ਪੁਲਿਸ ਵਾਲੀ ਬੀਬੀ ਆ ਗਈ ਵੀ, ਪੁਲਿਸੀ ਆ ਗਏ ਸਾਡੇ ਯਾਰ। ਲਗਭਗ 21 ਮਿੰਟਾਂ ਦਾ ਸਟੇ ਯਾਰ, ਮੈਨੂੰ ਭੁੱਖ ਵੀ ਕਾਫੀ ਲੱਗੀ ਹੈ। ਵੈਸੇ ਖਾਣ ਨੂੰ ਆਪਣੇ ਕੋਲ ਹੈਗਾ ਕਾਫੀ ਕੁਛ, ਕੌਫੀ ਪੀਣੀ ਹੈ ਇੱਕਦਮ। ਇਹ ਲਿਆਏ ਵੀ ਸਮਾਨ, ਮੈਂ ਵੀ ਥੋੜ੍ਹਾ ਜਿਹਾ ਖਰੀਦ ਲੈਂਦਾ, ਇਹ ਕਹਿੰਦਾ ਟ੍ਰੇਨ ਤੁਰਨ ਵਾਲੀ ਹੈ। ਚੱਲ ਕੋਈ ਨਾ, ਅੱਜ ਇਹ ਆਪਣਾ ਲੰਚ ਹੈ ਬਈ, ਆ ਚਿਪਸ ਜੇ ਰਾਤ ਵਾਲੇ ਨਾਲ ਕੌਫੀ, ਪੀਨਟ ਬਟਰ ਬ੍ਰੈਡ। ਲੰਘ ਰਹੀ ਹੈ ਮਾਲ ਗੱਡੀ, ਵਿਊ ਤਾਂ ਵੀ ਬਾਬੇ ਵਾਲੀ ਸਾਈਡ ਬਾਹਲਾ ਤਕੜਾ ਯਾਰ। ਬਾਬੇ ਨੂੰ ਕਿਹਾ ਸੀ ਮੈਂ ਸੀਟ ਚੇਂਜ ਕਰ ਲਿਆ, ਮੰਨਿਆ ਨਹੀਂ ਪੱਟੂ, ਪਰ ਆਨੰਦ ਹੈ, ਕਾਫੀ ਆਨੰਦ ਹੈ। ਜ਼ਿੰਦਗੀ ਉਰੇ ਲੱਕੜਾਂ 'ਤੇ ਹੀ ਨਿਰਭਰ ਹੈ। ਦੇਖੋ ਲੱਕੜਾਂ ਦੇ ਤਾਂ ਢੇਰ ਮਿਲ ਜਾਣਗੇ ਹਰ ਘਰ ਦੇ ਅੱਗੇ, ਕਿੰਨੀਆਂ ਕਿੰਨੀਆਂ ਪਈਆਂ ਨੇ, ਕਿਉਂਕਿ ਰਹਿਣ ਤੋਂ ਲੈ ਕੇ ਖਾਣਾ ਬਣਾਉਣ ਤੱਕ ਹਰ ਜਿਹੜੀ ਜ਼ਰੂਰਤ ਲੱਕੜ ਦੇ ਹੀ ਖੜੀ ਹੈ। ਘਰ ਵੀ ਲੱਕੜ ਦਾ, ਖਾਣਾ ਵੀ ਲੱਕੜ ਦਾ ਹੀ। ਆ ਘਰ 'ਚ ਦੇਖੋ ਜਿਵੇਂ ਆਪਣੇ ਪਿੰਡਾਂ 'ਚ ਸਾਧਾਂ ਦੇ ਡੇਰੇ ਹੁੰਦੇ ਆ, ਫਾਟਕ ਟਾਈਪ ਗੱਲਬਾਤ ਆ ਗਈ ਛੋਟੀ ਜਿਹੀ। ਆ ਜਾਖਲ ਜੰਕਸ਼ਨ ਆ ਗਿਆ ਵੀ, ਮਾਲ ਗੱਡੀਆਂ ਖੜੀਆਂ ਨੇ ਦਿੱਲੀ ਵਾਲੀਆਂ। ਚਾਕੂ ਆਪਾਂ ਨੇ ਮੰਗ ਲਿਆ ਬ੍ਰੈਡ ਕੱਟਣ ਨੂੰ, ਨਹੀਂ ਅਧੂਰਾ ਸੀ ਕੰਮ। ਲੜਾਈ ਹੋ ਗਈ ਵੀ ਟ੍ਰੇਨ 'ਚ, ਬਾਬੇ ਦਾ ਟੇਸਣ ਲੰਘ ਗਿਆ ਬਈ, ਰੌਲਾ ਪਾ ਰਹੇ ਨੇ। ਰਸ਼ੀਆ ਦੇ ਸਭ ਤੋਂ ਸੋਹਣੇ ਹਿੱਸੇ ਵਿੱਚ ਦੀ ਆਪਾਂ ਹੁਣ ਯਾਤਰਾ ਕਰ ਰਹੇ ਹਾਂ ਬਈ। ਇੱਧਰ ਦਾ ਵੀ ਟਰੈਕਟਰ ਟੁੱਟਰ ਜਿਹੇ ਵੀ ਖੜਿਆ, ਕਾਫੀ ਘਰ ਨੇ। ਛੋਟਾ ਜਿਹਾ ਕੁੱਤਾ ਭੱਜ ਰਿਹਾ ਬਈ, ਅਤੇ ਪਿੱਛੇ ਵੈਨ ਜਾ ਰਹੀ, ਕਿੰਨਾ ਸੋਹਣਾ ਲੱਗ ਰਿਹਾ ਬਈ। ਆ ਦੇਖੋ ਲਈਆ ਹੀ ਬਣਾਇਆ ਯਾਰ, ਬਸ ਉਰੇ ਬਰਫ਼ ਦੇ ਉੱਪਰ ਦੀ। ਇਹ ਪਿੰਡ ਨੂੰ ਦੇਖ ਕੇ ਐਂ ਲੱਗ ਰਿਹਾ ਮੈਂ ਉੱਜੜ ਗਿਆ ਹੋਵੇ, ਪਰ ਇਹ ਲੱਕੜ ਦਾ ਕਾਰਖਾਨਾ ਵੀ ਦੇਖੋ, ਕਰੇਨ ਜੇ ਸੀ ਵੀਆਂ ਖੜੀਆਂ ਨੇ ਵੀ, ਦੇਖੋ ਲੱਕੜ ਕਾਫੀ ਇੱਥੋਂ, ਜਿਵੇਂ ਆ ਰਹੇ ਨਹੀਂ ਹੁੰਦੇ ਆਪਣੇ ਐਵੇਂ ਨੇ ਲੱਕੜਾਂ ਟਰਾਂਸਪੋਰਟ ਕਰਦੇ ਵੀ। ਆ ਟੈਂਕੀਆਂ ਜਿਹੀਆਂ ਬਹੁਤ ਬਣੀਆਂ ਹੋਈਆਂ ਨੇ ਵੀ ਉਰੇ, ਇੰਨਾ ਕੁ ਸੋਹਣਾ ਸਫ਼ਰ ਹੈ ਨਾ, ਮਤਲਬ ਥਕਾਵਟ ਤਾਂ ਫੀਲ ਹੋ ਹੀ ਨਹੀਂ ਰਹੀ, ਕੰਫਰਟੇਬਲ ਬਹੁਤ ਹੈ, ਸੂਰ ਸਾਰ ਫਿਰ ਰਿਹਾ ਵੀ। ਇਹ ਪਿੰਡ 'ਚ ਗੇੜਾ ਲਾਇਆ ਮੈਂ ਦਿਲ ਕਰਦਾ ਉੱਤਰ ਕੇ ਨਾ, ਜਿਵੇਂ ਦਾ ਪਿੰਡ ਤੁਹਾਨੂੰ ਦਿਖਾਇਆ ਸੀ ਉਵੇਂ ਦਾ ਹੀ ਹੈ, ਪਰ ਉੱਥੇ ਇੰਨੇ ਲੋਕ ਨਹੀਂ ਸੀ। ਟਰੈਕਟਰ ਟੁੱਟਰ ਵੀ ਖੜਿਆ ਵੀ ਉਰੇ ਤਾਂ, ਉਹ ਦੇਖੋ ਇੱਥੇ ਨਾ ਮਾਲ ਗੱਡੀਆਂ ਬਹੁਤ ਜ਼ਿਆਦਾ ਚੱਲਦੀਆਂ ਨੇ, ਮਿੰਟ 'ਚ ਵਿਊ ਬਲੌਕ ਕਰ ਦਿੰਦੀਆਂ ਨੇ। ਦੇਖੋ ਹੁਣ ਵਿਊ ਬਾਹਲਾ ਫਿਰ ਆਇਆ ਵੀ, ਛੋਟੇ ਛੋਟੇ ਦਰਖਤ ਕਿੰਨੇ ਪਿਆਰੇ ਲੱਗ ਰਹੇ ਆ। ਹਿੱਸਾ ਵੀ ਕਿੰਨਾ ਸੋਹਣਾ ਆ ਗਿਆ ਉਰੇ, ਕੋਈ ਬਰਫ਼ ਨਹੀਂ, ਜਮਾਂ ਨਹੀਂ ਠੰਡ, ਨੋਰਮਲ ਜਿਹਾ ਟੈਂਪਰੇਚਰ ਹੈ ਬਾਹਰ।
ਫਿਲਮ ਦੇਖਦਾ ਦੇਖਦਾ ਮੈਂ ਸੌਂ ਗਿਆ ਸੀ ਯਾਰ, ਉਰੇ ਨੈਟਵਰਕ ਨੇੜੇ ਨੇੜੇ ਨਹੀਂ ਆਊਗਾ ਕਿਉਂਕਿ ਪਿੰਡ ਬੜੇ ਦੂਰ ਦੂਰ ਨੇ, ਤਾਂ ਫਿਲਮਾਂ ਫੁਲਮਾਂ ਦੀਆਂ ਪੂਰੀਆਂ ਭਰ ਕੇ ਲਿਆਈ ਹਾਂ। ਪੁਰਾਣੀਆਂ ਹਿੰਦੀ ਫਿਲਮਾਂ ਦੇਖਣੀਆਂ ਵਧੀਆ ਲੱਗਦੀਆਂ ਨੇ, ਜੋ ਮੈਂ ਬਚਪਨ 'ਚ ਦੇਖਿਆ ਕਰਦਾ, ਤਾਂ ਇੱਕ ਕੌਫੀ ਦਾ ਕੱਪ ਹੋਰ ਤਾਂ ਵਾਲਾਂ ਦਾ ਬੁਰਾ ਹਾਲ ਹੋ ਗਿਆ ਸੌਂ ਕੇ। ਮਤਲਬ ਕਿੰਨਾ ਸੋਹਣਾ ਯਾਰ ਅਸੀਂ, ਹੈ ਨਾ, ਕਿਧਰੇ ਇੰਨੀ ਕੁ ਜ਼ਿਆਦਾ ਠੰਡ ਹੈ, ਹੈ ਨਾ, ਕਿਧਰੇ ਜਮਾਂ ਹੀ ਬਸ ਨੋਰਮਲ ਜਿਹਾ ਟੈਂਪਰੇਚਰ ਹੈ ਨਾ ਗਰਮੀ ਬਾਹਰ। ਜ਼ਿੰਦਗੀ 'ਚ ਵੀ ਟਰਾਂਸ ਸਾਈਬੇਰੀਅਨ ਦਾ ਸਫ਼ਰ ਇੱਕ ਵਾਰੀ ਤੁਸੀਂ ਜ਼ਰੂਰ ਕਰੀਓ, ਕਰੀਓ ਵੀ ਅਗਸਤ ਮਹੀਨੇ 'ਚ, ਇਹ ਬਨਸਪਤੀ ਸਾਰੀ ਹਰੀ ਮਿਲੂਗੀ। ਕਿਧਰੇ ਕਿਧਰੇ ਅੱਗ ਵੀ ਲੱਗੀ ਹੋਈ ਹੈ, ਵੀ ਘਾਸ ਨੂੰ ਅੱਗ ਲੱਗ ਜਾਂਦੀ ਹੈ। ਸਾਹਮਣੇ ਵੀ ਫੈਕਟਰੀ ਹੈ, ਕਿੰਨਾ ਜ਼ਿਆਦਾ ਧੂੰਆਂ ਨਿਕਲ ਰਿਹਾ। ਆਹ ਲੇਕ ਹੈ ਵੀ ਸਾਰੀ, ਕਿੰਨੀ ਵੱਡੀ, ਇੱਕ ਸਾਰੀ ਜਮੀ ਪਈ ਹੈ, ਸਾਰੀ ਫਰੋਜ਼ਨ ਹੋ ਰਹੀ ਹੈ। 6 ਵੱਜ ਗਏ ਵੀ, ਚੇਤਾ ਸ਼ਹਿਰ ਪਹੁੰਚ ਗਏ ਆਪਾਂ। ਉਰੇ ਫੈਕਟਰੀਆਂ ਫੁਕਟਰੀਆਂ ਕਾਫੀ ਨੇ, ਦੇਖੋ ਇਹ ਫੈਕਟਰੀ ਹੈ ਕਾਹਦੇ ਦੀ। ਹਰ ਪਾਸੇ ਤੁਹਾਨੂੰ ਮਾਲ ਗੱਡੀਆਂ ਦੇਖਣ ਨੂੰ ਮਿਲਣਗੀਆਂ, ਦੇਖੋ ਸਾਰੇ ਟਰੈਕਾਂ ਦੇ ਲੋ ਵੀ ਆ ਜਾ ਰਹੀ ਹੈ। ਦੇਖੋ ਟ੍ਰੇਨ ਜਿਹੜੀ ਆਪਾਂ ਡਾਇਰ ਇਹ ਪਾਉਂਦੇ ਹਾਂ ਨਾ, ਵੀ ਕਣਕ 'ਚ ਪਾਉਂਦੇ ਹੁੰਦੇ ਆ, ਉਹ ਰਸ਼ੀਆ 'ਚ ਹੀ ਬਣਦੀ ਆ। ਮੈਂ ਫੈਕਟਰੀ ਦੇਖਣੀ ਯਾਰ, ਪਤਾ ਨਹੀਂ ਕਿੱਥੇ ਮਿਲੂਗੀ। ਇਹ ਲੱਕੜ ਵਾਲੀ ਮਾਲ ਗੱਡੀ ਹੈ ਵੀ, ਇਹਦੇ ਵਿੱਚ ਲੱਕੜਾਂ ਲੈ ਕੇ ਟਰਾਂਸਪੋਰਟ ਕਰਦੇ ਆ। ਬਾਹਰ ਦਾ ਟੈਂਪਰੇਚਰ 0°C ਹੈ ਅਤੇ ਮੈਂਸ 11 ਤੋਂ 2 ਨੋਰਮਲ ਹੈ ਉਰੇ। ਦੇਖੋ ਕੱਲ੍ਹ ਨੂੰ ਮੈਂਸ 2 ਜੈਕਟ ਪਾ ਲਈ ਯਾਰ, ਕਿਉਂਕਿ ਬਾਹਰ ਦਾ ਬਹੁਤ ਠੰਡ ਹੈ, ਅੰਦਰ ਦਾ ਚਲੋ ਕੰਟਰੋਲ ਕੀਤਾ ਹੁੰਦਾ ਟੈਂਪਰੇਚਰ, ਤਾਂ ਵੀ ਹੁਣ ਆਪਣੇ ਤੋਂ ਇੰਡੀਆ 3.5 ਘੰਟੇ ਪਿੱਛੇ ਹੋ ਗਿਆ ਆਪਾਂ, ਪਲੱਸ ਇੱਕ ਹੋਰ ਟਾਈਮ ਜ਼ੋਨ 'ਚ ਆ ਗਏ, ਮਤਲਬ ਟਾਈਮ ਜ਼ੋਨ 2 ਚੇਂਜ ਹੋ ਗਏ, ਅਤੇ ਉੱਥੋਂ 2.5 ਘੰਟਿਆਂ ਦਾ ਫਰਕ ਸੀ। ਕਾਫੀ ਵੱਡਾ ਰੇਲਵੇ ਸਟੇਸ਼ਨ ਹੈ ਯਾਰ ਇਹਦਾ, ਚਿੱਟਾ ਦਾ ਦੇਖੋ। ਲੋਕ ਆ ਰਹੇ ਆ ਵੀ ਸਮਾਨ ਲੈ ਕੇ, ਸਾਰੇ ਉਤਰੋ ਉਰੇ ਦੀਆਂ ਨਾ ਵੀ ਔਰਤਾਂ ਬਹੁਤ ਸ਼ੌਕੀਨ ਨੇ। ਦੇਖੋ ਇਹ ਬੇਬੇ ਦੀ ਉਮਰ ਦੇਖੋ ਕਿੰਨੀ, ਇਹਨੇ ਵੀ ਪਰਸ ਪੁਰਸ ਚੰਗਾ ਲਿਆ ਲਾਗੇ ਫੁੱਕਣੇ ਦਾ। 6:10 ਹੋ ਗਏ, 6:06 ਦਾ ਟਾਈਮ ਸੀ, ਮਤਲਬ ਉਰੇ ਵੀ 2-4 ਮਿੰਟ ਤਾਂ ਲੇਟ ਹੋ ਜਾਂਦੀ ਹੈ ਕਈ ਵਾਰ ਟ੍ਰੇਨ, ਤਾਂ ਉਰੇ 31 ਮਿੰਟ ਦਾ ਹੋਲਟ ਹੈ। ਆਪਾਂ ਸਵੇਰੇ 6 ਵਜੇ ਤੁਰੇ ਸੀ, ਮੈਂ 12 ਘੰਟੇ ਹੋ ਗਏ, 1 ਘੰਟੇ ਦੇ ਤਾਂ ਚਲੋ ਹੋਲਟ ਪਾ ਲਓ ਹੈ ਨਾ, ਮੈਂ 11 ਘੰਟਿਆਂ 'ਚ ਲਗਭਗ 600 ਕਿਲੋਮੀਟਰ ਆਈ ਹੈ ਟ੍ਰੇਨ। ਐਂ ਮਿਲਦੇ ਆ ਉਰੇ ਨਾ, ਨੋਰਮਲ ਜੀ ਗੱਲ ਹੈ। ਆਹ ਸਾਰੇ ਚੜ੍ਹਨ ਵਾਲੇ ਖੜ੍ਹੇ ਆ ਵੀ ਆਪਦੇ ਝੋਲੇ ਚੱਕ ਕੇ, ਹਵਾ ਕਾਫੀ ਚੱਲ ਰਹੀ ਹੈ, ਕਾਫੀ ਜ਼ਿਆਦਾ ਠੰਡ ਹੈ, ਕਾਫੀ ਭੀੜ ਹੈ ਯਾਰ ਉਰੇ। ਮੈਗਾਜ਼ੀਨ ਦਾ ਪ੍ਰਿਆਮਾ ਪ੍ਰਾਪ, ਕਹਿੰਦਾ ਭੱਜ ਕੇ ਜਾਣਾ ਪਊਗਾ, ਦੂਰ ਹੈ ਦੁਕਾਨ। ਆ ਡਿਊਟੀ ਬਦਲ ਗਈ ਵੀ ਉਰੇ ਡਰਾਈਵਰ ਭਾਈ ਸਾਹਿਬ ਦੀ, ਹੱਥ ਲਾਲ ਹੋ ਗਏ ਵੀ ਬਾਹਰ ਨਿਕਲਦੇ ਸਾਰ, ਇੰਨੀ ਜ਼ਿਆਦਾ ਠੰਡ ਹੈ ਉਰੇ ਬਾਈ। ਇਹ ਰੇਲ ਗੱਡੀ ਨੂੰ 5 ਮਿੰਟ ਹੋ ਗਏ ਅਜੇ ਤੱਕ ਨਹੀਂ ਪੂਰੀ ਹੋਈ, ਇੰਨੀ ਲੰਬੀ ਹੈ ਨਾ ਯਾਰ। ਚੱਲ ਵੀ 1.5 ਘੰਟੇ ਬਾਅਦ ਟ੍ਰੇਨ ਵੀ ਅੱਗੇ ਨੂੰ, ਮਾਲ ਗੱਡੀ ਨਾਲ ਖੜੀ ਹੋਵੇ ਰਸੀ ਅਜੇ ਹੋ ਹੀ ਨਹੀਂ ਸਕਦਾ। ਸੂਰਜ ਵੀ ਢਲਣ ਲੱਗ ਗਿਆ ਤਾਂ ਵਿਊ ਬਾਹਲਾ ਘੈਂਟ ਹੋਈ ਜਾਂਦਾ। ਸ਼ਾਮ ਦਾ ਮਾਹੌਲ ਦੇਖੋ ਵੀ, ਪਿੰਡ ਹੈ ਕਾਫੀ ਨੀਵੇਂ ਬਸਿਆ ਹੈ ਅਤੇ ਟਰੈਕ ਉੱਚਾ ਹੈ, ਕਾਫੀ ਸੋਹਣਾ ਹੈ। ਵਿੱਚ ਮਾਡਰਨ ਘਰ ਵੀ ਦੇਖਣ ਨੂੰ ਮਿਲ ਰਿਹਾ ਕਾਫੀ ਸਾਰੇ, ਇਹ ਉੱਜੜਿਆ ਘਰ ਹੈ ਵੀ ਪੁਰਾਣਾ ਜਿਹਾ, ਦੇਖੋ ਢਾਇਆ ਪਿਆ। ਆਹ ਸਾਰੀ ਨਦੀ ਵੀ ਫ੍ਰੀਜ ਹੋਈ ਹੈ ਬਾਹਰ ਦੇਖੋ। ਦਿਨ ਛਿਪ ਗਿਆ ਯਾਰ, 7:30 ਅਤੇ ਤੁਹਾਨੂੰ ਦਿਖਾਉਣਾ ਉਰੇ ਪ੍ਰਬੰਧ ਕਿਵੇਂ ਦੇ ਨੇ। ਆਹ ਚਾਰਜਿੰਗ ਪੋਰਟ ਦਿੱਤਾ ਹੁੰਦਾ ਹੈ, ਇਹ ਸਮਾਨ ਰੱਖਣ ਨੂੰ ਦਿੱਤਾ ਹੁੰਦਾ ਵੀ, ਆਹ ਲਾਈਟ ਲੱਗ ਜਾਂਦੀ ਹੈ ਦੇਖੋ, ਲੱਗ ਗਈ ਲਾਈਟ। ਇਹ ਆਪਣੀ ਡਿਊਟੀ ਹੈ। ਕਰੂਚੀਨਾ ਸਟੇਸ਼ਨ ਆ ਗਿਆ ਵੀ, ਛੋਟਾ ਜਿਹਾ ਕਸਬੇ ਦਾ, ਜਿਵੇਂ ਆਪਣੇ ਪਿੰਡਾਂ 'ਚ ਹੁੰਦੇ ਆ ਕਾਫੀ ਸਟੇਸ਼ਨ ਤਾਂ ਹੁਣ। ਸਾਰੀ ਨਹਿਰ ਦੇਖੋ ਵੀ ਜਮੀ ਪਈ ਹੈ, ਗੱਡੀਆਂ ਲੰਘਦੀਆਂ ਨੇ, ਲਈਏ ਬਣੇ ਪਏ ਆ।
ਕਿੰਨੀ ਜ਼ਿਆਦਾ ਚੌੜੀ ਨਦੀ ਹੈ ਯਾਰ, ਪਾਣੀ ਜਦੋਂ ਚੱਲਦਾ ਕਿੰਨੀ ਸੋਹਣੀ ਲੱਗਦੀ ਹੋਣੀ ਹੈ ਨਾ। ਇਹ ਆਪਣੇ ਗਵਾਂਢੀ ਨੇ ਘੈਂਟ ਬੰਦੇ ਆ। 9 ਵੱਜ ਗਿਆ ਯਾਰ, ਇੱਕ ਹੋਰ ਹਾਲਟ ਹੈ 20 ਮਿੰਟ ਦਾ, ਚੜ੍ਹਨਾ। ਆਇਆ 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 ਆ, ਦੇਖੋ ਲਓ ਵੀ ਲਾਗੇ ਤਾਂ ਫੂਕਣ ਆਪਦਾ ਚੰਗਾੜਮੈਂਟ। ਇੱਥੇ ਬਹੁਤ ਜ਼ਿਆਦਾ ਠੰਡ ਹੋ ਗਈ ਯਾਰ ਰਾਤ ਨੂੰ, ਮੈਨੂੰ ਤਾਂ ਠੰਡ ਲੱਗ ਰਹੀ ਹੈ। ਮੈਂ ਟੋਪੀ ਲੈ ਨਹੀਂ, ਅੰਦਰ ਹੀ ਰੱਖਿਆ ਆ। ਆਹ ਦੇਖੋ ਕੁੱਤਾ, ਦੇਖੋ ਛੋਟਾ ਜਿਹਾ, ਕੁੱਤੇ ਉਰੇ ਆ ਜਾਂਦੇ ਆ ਬਈ, ਦੇਖੋ ਛੋਟਾ ਜਿਹਾ ਕਿਊਟ ਜਿਹਾ ਬਰਾਊਨ ਜਿਹਾ। ਹੈਲੋ, ਛੋਟਾ ਜਿਹਾ ਸਟੇਸ਼ਨ ਹੈ ਬਈ, ਬਹੁਤਾ ਵੱਡਾ ਨਹੀਂ ਹੈਗਾ। ਲਾਗੇ ਫੂਕਣੇ ਤੂੰ ਆਈ, ਤੂੰ ਹੋ ਗਿਆ ਪਾਤਾ ਗਾਹ ਤੇਰੇ ਯਾਰਾਂ ਨੇ। ਆਪਣੇ ਵਰਗੀ ਜੈਕਟ ਇਹਨਾਂ ਕੋਲ ਸਾਰਿਆਂ ਕੋਲ, ਇਹਨਾਂ ਵਾਸਤੇ ਕੋਈ ਠੰਡ ਨਹੀਂ। ਦੇਖੋ ਜਮਾਂ ਹੀ ਨੰਗੇ ਪੈਰੀ ਖੜਾ। ਨਾਰਮਲ ਨਾਰਮਲ ਹੇਠਾਂ ਤੋਂ ਪੈਪ ਕੱਢ ਕੇ ਵੀ ਅੰਡਰਗਰਾਊਂਡ ਹੈ ਸਾਰਾ ਸਿਸਟਮ, ਟ੍ਰੇਨ ਨਾਲ ਲਾ ਦਿੰਦੇ ਆ, ਐਂ ਪਾਣੀ ਭਰਦੇ ਆ ਜਿਵੇਂ ਆਪਣੇ ਤਾਂ ਲੁਧਿਆਣੇ ਬਾਹਰੇ ਓਪਨ ਹੁੰਦੀਆਂ ਨੇ ਪੰਪ। ਦੇਖੋ ਸਾਰਾ ਅੰਡਰਗਰਾਊਂਡ ਹੈ, ਦੇਖੋ ਬਾਦੀ ਵਿੱਚ ਜਿਹੜਾ ਵੀ ਇਹ ਹੋਲਟ ਹੁੰਦਾ ਨਾ ਕਾਫੀ ਟਾਈਮ ਬਾਅਦ, ਇਹ ਪਾਣੀ ਭਰਨ ਨੂੰ ਹੁੰਦਾ ਨਾ ਟ੍ਰੇਨ 'ਚ ਪੀਣ ਵਾਲਾ ਜਾਂ ਵਾਸ਼ਰੂਮ ਵਾਲਾ। ਰਸ਼ ਰੁਸਕੀ, ਹਾਂ ਰੁਸਕੀ ਕਰਸੀ ਵਾ ਕੱਕ ਦਿਲਾ ਦਾ 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 ਇੰਦੂ ਇੰਦੂ ਇਹ ਸੈੱਟ ਹੋ ਰਿਹਾ, ਘੱਟ ਪੀ ਲੈਂਦਾ ਯਾਰ। ਹਾਂ ਦਾ ਸੈੱਟ ਹੋ ਰਿਹਾ, ਅੱਖਾਂ ਘੁੰਮੀਆਂ ਪਈਆਂ ਨੇ। ਪ੍ਰੀਵੀਅਸ ਕੱਕ ਦਿਲਾ ਕਰ ਸੋ ਫੋਟੋ ਖਿੱਚ ਰਿਹਾ ਆਪਣੇ ਨਾਲ ਮੈਨੂੰ ਟੋਪੀ ਦੇ ਗਿਆ, ਕਿੰਨੀ ਘੈਂਟ ਲੱਗ ਰਹੀ ਹੈ। ਔਰ ਗਾਣਾ ਹੈ ਮੇਰਾ, ਜੁੱਤਾ ਹੈ ਜਪਾਨੀ ਪਤਲੂਮ ਹਿੰਦੁਸਤਾਨੀ, ਸਿਰ ਪੇ ਰੂਸੀ ਟੋਪੀ ਮੇਰੇ ਦਿਲ ਹੈ ਹਿੰਦੁਸਤਾਨੀ, ਰੂਸੀ ਟੋਪੀ ਆਪਣੇ ਸਿਰ ਤੇ। ਜਿਵੇਂ ਆਪਣੇ ਦਾਰੂ ਨਾਲ ਨਾ ਸੈਲਡ ਖਾਂਦੇ ਆ, ਇਹ ਕਕੁੰਬਰ ਰੱਖਦੇ ਦੇਖੋ, ਇਹ ਪੀ ਕੇ ਨਾ ਇਹ ਬਸ ਇਹ ਚਾਰ ਹੈ ਸਾਰਾ ਖੀਰੇ ਖੂਰੇ ਦਾ ਕੈਂਟ ਹੈ। ਬੋਡਕਾ ਬੋਦਕਾ 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 ਬੋਦਾ ਬੋਦਕਾ ਬੋਦਕਾ। ਆ ਦੇਖੋ ਬਈ, ਆ ਦੇਖੋ ਰਮ ਲਈ ਫਿਰਦਾ ਪੂਰੀ ਪਾਰ ਕੀ ਹੈ ਬਾਰਡਰ ਸ਼ੋ ਵੀ। ਓ ਕਰਸੀਬਾ ਕਰਸੀਬਾ ਡੀਡੀ ਆ ਗਈ ਮੇਰੀ, ਤੰਗ ਨਹੀਂ ਕਰ ਰਿਹਾ ਟੀਡੀ ਆ ਗਈ। ਰਸ਼ੀਅਨ ਟ੍ਰੇਨ 'ਚ ਵੀ ਤੁਸੀਂ ਪੀ ਨਹੀਂ ਸਕਦੇ, ਅਲਾਊਡ ਨਹੀਂ ਹੁੰਦੀ ਹੈ ਨਾ ਪੀਣੀ, ਅਤੇ ਇਹ ਚੋਰੀਆਂ ਚੋਰੀਆਂ ਪਰ ਸਭ ਚੱਲਦਾ ਉਰੇ, ਸਭ ਪੀਂਦੇ ਆ ਨਜ਼ਾਰੇ ਲੈਂਦੇ ਆ। ਕਿਉਂ ਮੱਲਾਂ ਨੂੰ ਦਾਰੂ ਗੱਲਾਂ ਨੂੰ ਬਾਈ ਸੈੱਟ ਹੈ ਪੂਰਾ। ਇਹ ਸ਼ਹਿਦ ਦੇ ਵਿੱਚ ਹੁੰਦਾ ਵੀ ਚਾਰ ਜਾਂ ਸ਼ਹਿਦ ਹੈ, ਦੇਖੋ ਹੀਰੇ ਦਾ ਸਲਾਦ ਹੈ ਵੀ, ਦੇਖੋ ਸ਼ਹਿਦ ਚ ਡਬੋਇਆ। ਲੈ ਮੈਨੂੰ ਦਾਰੂ ਪਾ ਕੇ ਦੇ ਰਿਹਾ, ਕਹਿੰਦਾ ਪੀ ਲੈ। ਨਾ 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 ਉਹਨੂੰ ਪਿਆ ਉਹਨੂੰ ਪਿਆ ਉਹ ਬਸ ਇਹਨੂੰ ਪਿਆ, ਤੂੰ ਪੀ ਖਿੱਚ ਦੇ। ਹਾਂ ਉਹ ਖਿੱਚ ਗਿਆ ਤੁਹਾਡਾ ਯਾਰ, ਦੇਖੋ ਇਹ ਤੇਰਾ ਯਾਰ ਇਹ ਸਾਰਿਆਂ ਨੂੰ ਵਰਤਾ ਰਿਹਾ, ਦੇਖੋ ਪੂਰੀ ਆਹ ਕਰਤੀ ਖਾਲੀ ਇਹਨੇ ਤਾਂ। ਉਹ ਬਾਈ ਆਹ ਕਰਤੀ ਵੀ ਇਹਨੇ ਤਾਂ ਖਾਲੀ ਸਾਰੀ ਖਿੱਚ ਗਿਆ ਇੱਕੋ ਹੀ ਘੁੱਟ ਚ। ਉਹ ਮੇਰੇ ਸਿਰਾਣੇ ਹੇਠਾਂ ਖਾਲੀ ਬੋਤਲ ਲਗਾ ਦੀ ਬਾਈ, ਆ ਕੀ ਆ ਮੇਰੇ ਸਿਰਾਂ ਨੇ ਹੇਠਾਂ ਖਾਲੀ ਬੋਤਲ ਲਗਾ ਦੀ ਤੇਰੇ ਯਾਰ ਨੇ। ਇਹਨੇ ਵੀ ਸਾਰਾ ਚਾਰ ਨਾ ਮੈਨੂੰ ਗਿਫਟ ਕਰਤਾ ਵੀ
ਤੂੰ ਹੀ ਰੱਖ ਲੈ। ਮੈਂ ਕੀ ਕਰੂੰ, ਮੇਰੇ ਕੋਲ ਤਾਂ ਇੰਨਾ ਵਜਨ ਹੈ ਭਰਿਆ ਪਿਆ, ਲੈ ਮੇਰਾ ਸਾਰਾ ਵਜਨ ਹੈ, ਸਾਰਾ ਇੰਨਾ ਉਹ ਖਾਸ ਮੈਂ ਬਹੁਤ ਵਜਨ ਹੈ ਮੇਰੇ ਕੋਲ, ਮੈਂ ਕਿੱਥੇ ਰੱਖੂਗਾ। ਬੱਸੋਂ ਬਾਹਰ ਹੈ ਗੱਲਬਾਤ, ਪਰ ਬੰਦਾ ਵਧੀਆ ਰਹੇ, ਬੰਦੇ ਘੈਂਟ ਦੇ ਦਰੁਗ ਦਾ ਆਇਆ ਆਇਆ, ਤੂੰ ਆਇਆ ਉਰੇ ਬਹਿ, ਆਇਆ ਜੱਫੀ ਪਾ ਲੈ। ਕਿਵੇਂ ਠੀਕ ਹੈ? ਇਹ ਸੌਂਦਾ ਹੀ ਨਹੀਂ ਖਤਮ, 2 ਘੰਟੇ ਹੋ ਗਏ ਨੇ ਸੌ ਜਾਣ, ਦੋਬਰੇ ਵਿੱਚ ਰੁਕੇ ਸੌਂ ਜਾ ਯਾਰ ਸੌਂ ਜਾ। ਮੇਰੀ ਲੱਤਾਂ ਤੇ ਲੱਤਾਂ ਰੱਖ ਲਈਆਂ ਉਰੀ ਸੌਂ, ਮੈਂ ਕਿੱਥੇ ਸੌਂ ਮੈਂ। ਇਟਸ ਓਕੇ, ਆਈ ਈਟ ਐਵਰੀਥਿੰਗ। ਸਵੇਰ just I don't know what he's saying kak tv zabut my name is irin uchan pratna nice to meet you me too main maggie layi hai bhi 125 ruble di badi ghant maggie hai india wali feeling hai ਅੱਜ ਮੈਂ ਡਿਨਰ ਕਰ ਰਿਹਾ ਵੀ ਰੈਸਟੋਰੈਂਟ ਬੰਦ ਹੋ ਗਿਆ ਤਾਂ ਮੈਂ ਖਾ ਰਿਹਾ ਵੀ ਮੈਗੀ, ਤਾਂ ਟੀ ਬਹੁਤ ਪਿਆਰੀ ਸੀ ਵੀ ਆਪ ਇਹ ਮੈਗੀ ਬਣਾ ਕੇ ਮੈਨੂੰ ਉਰੇ ਪਾ ਕੇ ਗਈ ਹੈ, ਸਰਵ ਕਰਕੇ ਗਈ ਹੈ ਦੇਖੋ ਪਲੇਟ 'ਚ। ਮੈਗੀ ਬਹੁਤ ਘੈਂਟ ਹੈ ਯਾਰ, ਦੇਖੋ ਸਾਈਬੇਰੀਆ 'ਚ ਤੁਹਾਡਾ ਸਵਾਗਤ ਹੈ। ਬਾਹਰ ਦੇਖੋ ਪੂਰੀ ਨਦੀ ਜਮੀ ਪਈ ਹੈ। ਸਵੇਰ ਦੇ 6 ਵੱਜ ਗਏ, 2 ਮਿੰਟ ਦਾ ਹਾਲਟ ਹੈ ਬਾਹਰ, ਬਰਫ਼ ਦੇਖੋ ਜਿਹੜਾ ਤਾਪਮਾਨ ਹੈ, ਮੈਂ ਤਾਂ 14-15 ਹੈ, ਆਹ ਦੇਖੋ ਸਾਰਾ ਬਰਫ਼ ਹੀ ਬਰਫ਼ ਜਾ ਕੇ। ਇਹ ਸਾਈਬੇਰੀਆ ਹਿੱਸਾ ਇੱਥੋਂ ਵੀ ਸ਼ੁਰੂ ਹੋ ਗਿਆ ਪੂਰਾ, ਯਾਕੂਸਤਕਾ ਜਿਹਾ ਜਿਹੜਾ ਏਰੀਆ, ਬਾਹਰ ਜਾਣ ਤੋਂ ਡਰ ਲੱਗ ਰਿਹਾ ਕਿਉਂਕਿ ਠੰਡ ਬਹੁਤ ਹੈ, ਮੈਂ ਸ਼ੂਜ਼ ਨਹੀਂ ਪਾਏ। ਇਹਦੇ ਕੋਲ ਵੀ ਪੂਰਾ ਪ੍ਰਬੰਧ ਹੈ ਵੀ ਬੈਂਡਰੀ ਹੈ, ਲਾਲ ਜੀ ਝੰਡੀ ਹੈ, ਦੇਖੋ ਦਿਖਾ ਦੀ। ਆਹ ਨਾਮ ਹੈ ਵੀ ਸ਼ਹਿਰ ਦਾ ਜਿੱਥੇ ਆਪਾਂ ਰੋਕਿਆ, ਕਿਸਾਨ ਬੀਆ। ਇਹ ਰਾਤ ਵਾਲੀਆਂ ਵੀਡੀਓ ਦਿਖਾ ਰਿਹਾ ਵੀ ਮੈਨੂੰ ਕੀ ਲੱਛਣ ਕੀਤੇ ਆ ਜੀ। ਸੂਰਜ ਦੇਖੋ ਨਿਕਲ ਰਿਹਾ, ਇੰਨਾ ਸੋਹਣਾ ਸਫ਼ਰ ਮੈਂ ਮੇਰੀ ਪੂਰੀ ਜ਼ਿੰਦਗੀ 'ਚ ਨਹੀਂ ਕੀਤਾ ਪਹਾੜਾਂ ਵਿੱਚ ਦੀ। ਜ਼ਿਆਦਾ ਘੈਂਟ ਵਿਊ ਹੈ ਦੇਖੋ, ਪੂਰੇ ਕਾਫ਼ੀ ਹਾਈਟ 'ਤੇ ਜਾ ਰਹੀ ਹੈ ਟ੍ਰੇਨ, ਸਾਰੀ ਪਹਾੜ ਨੇ ਬਈ। ਆਹ ਮੈਗੀ ਅਤੇ ਚੋਕਲੇਟ ਮੈਂ ਖਰੀਦੀ ਨਹੀਂ ਹੈਗੀ, ਭਾਈ ਨੇ ਗਿਫਟ ਕੀਤੀ ਹੈ ਮੈਨੂੰ, ਸਪੈਸਿਵ ਆ। ਆਹ ਦੇਖ ਘੈਂਟ ਬੰਦਾ ਹੈ, ਰਾਤ ਮੈਂ ਡਿਨਰ ਕੀਤਾ ਸੀ ਮੈਗੀ ਲੈ ਕੇ, ਉਹਨੂੰ ਦੇਖ ਕੇ ਇਹਦੇ ਕੋਲ ਪਈ ਸੀ ਵੀ ਇਹਨੇ ਮੈਨੂੰ ਦੇ ਦਿੱਤੀ ਹੈ ਨਾ ਮੈਗੀ, ਹੁਣ ਸਵੇਰੇ ਚੋਕਲੇਟ ਦੇ ਦਿੱਤੀ ਆ। ਇਹ ਵਾਰ ਪਤਾ ਜੀ ਕੁਛ ਨਹੀਂ, ਆਪਾਂ ਹਜੇ ਤਾਂ 2-3 ਹਜ਼ਾਰ ਕਿਲੋਮੀਟਰ ਬਹੁਤ ਪਿੱਛੇ ਹਾਂ। ਕਾਫੀ ਹੋ ਜਾਏ ਯਾਰ, ਇੱਕ ਕਿਉਂਕਿ ਅੱਗੇ ਸਟੇਸ਼ਨ ਆਉਣ ਵਾਲਾ, ਹੋਲਟ ਫਿਰ ਬਾਹਰ ਨਿਕਲਾਂਗੇ। ਇਹ ਤਾਂ ਇੰਨੀ ਇੱਕ ਡਿਸਪਲੇ ਕਰਨ ਵਾਸਤੇ ਨੇ ਵੀ, ਇਹਨਾਂ ਕੋਲ ਸਟੋਕ ਤਾਂ ਬਹੁਤ ਜ਼ਿਆਦਾ, ਇੱਕ ਕਮਰਾ ਭਰਿਆ ਹੁੰਦਾ ਸਾਰੇ ਸਮਾਨ ਦਾ। ਹਾਂ ਦੋਬਰੀ ਉਤਰਾ, ਕਾਫੀ ਮੈਂ ਕਾਫੀ ਦੂਜੇ ਡੱਬੇ 'ਚ ਆ ਗਿਆ, ਮੈਂ ਦੂਜੀ ਟੀਟੀ ਤੋਂ ਲੈਂਦੇ ਹਾਂ ਫਿਰ ਕਾਫੀ। ਕਿਵੇਂ ਪਈ ਹੈ ਪੁੱਠੀ, ਇਹ ਲੇਟ ਉੱਠਦੇ ਆ ਵੀ ਥੋੜ੍ਹੇ ਰਸ਼ੀਅਨ। ਹਾਂ ਰਸਤੇ ਵਿੱਚ ਹਾਂ ਕਾਫੀ ਦਾਦੀ ਸਪੈਸੀ ਆ ਜਾਂ ਕਾਫੀ ਗੰਦਾ ਹੀ ਨਸ਼ਾ ਯਾਰ ਕਾਫੀ ਵਾਲਾ, ਚਾਹ ਮੰਗੋ।
ਇੰਨੇ ਸੋਹਣੇ ਵਿਊ ਨਾਲ ਕੌਫੀ ਪੀਣ ਦਾ ਸਵਾਦ ਹੀ ਅਲੱਗ ਹੈ। ਮਤਲਬ ਠੰਡ 'ਚ ਤਾਂ ਉੱਦਾਂ ਵੀ ਕੌਫੀ ਵਧੀਆ ਲੱਗਦੀ ਹੈ, ਟ੍ਰੇਨ 'ਚ ਕੌਫੀ ਪੀਣ ਉਵੇਂ ਮਹਿਸੂਸ ਹੋ ਰਿਹਾ ਜਿਵੇਂ ਆਪਾਂ ਸਿਆਲ 'ਚ ਪੰਜਾਬ 'ਚ ਨਾ ਧੂਣੀ ਲਾ ਕੇ ਆਲੇ ਦੁਆਲੇ ਚਾਹ ਦੇ ਬਾਟੀਆਂ ਲੈ ਕੇ ਬਹਿ ਜਾਂਦੇ ਹੈ ਨਾ, ਜਿੰਨਾ ਸਵਾਦ ਆਉਂਦਾ ਹੈ। ਪਰ ਜਿਹੜਾ ਤਾਪਮਾਨ ਹੈ ਮੈਂ 'ਚ 20 ਹੋਣਾ ਹੁਣ। ਪੈਸੈਂਜਰ ਗੱਡੀਆਂ ਤੁਹਾਨੂੰ ਬਹੁਤ ਰੇਅਰ ਹੀ ਮਿਲਣਗੀਆਂ ਇਹ ਸਫ਼ਰ 'ਚ, ਇੰਨੀਆਂ ਜ਼ਿਆਦਾ ਵੀ ਟ੍ਰੇਡ ਵਾਲੀਆਂ ਰੇਲ ਗੱਡੀਆਂ ਦੇਖ ਕੇ ਮੈਨੂੰ ਲੱਗਦਾ ਜਿਵੇਂ ਰਸ਼ੀਆ ਨੇ ਇਹ ਲੈਂਡ ਸਿਰਫ ਟ੍ਰੇਡ ਕਰਨ ਵਾਸਤੇ ਹੀ ਬਣਾਈ ਹੋਵੇ। ਇੰਨੀ ਐਕਸਟ੍ਰੀਮ ਠੰਡ 'ਚ ਕਿਵੇਂ ਬਣਾਈ ਹੋਣੀ ਯਾਰ ਇਹ ਲੈਨ, ਮੈਂ ਤਾਂ ਹੈਰਾਨ ਹਾਂ ਸੋਚ ਸੋਚ ਕੇ। ਬਾਕੀ ਜਿਹੜੀ ਕੰਡਕਟਰ ਹੁੰਦੀ ਹੈ ਵੀ ਟ੍ਰੇਨ 'ਚ ਉਹ 7 ਦਿਨ ਟਰੈਵਲ ਕਰਦੀ ਹੈ, 12 ਘੰਟੇ ਡਿਊਟੀ ਹੁੰਦੀ ਹੈ, ਫਿਰ 12 ਘੰਟੇ ਸੌਂ ਜਾਂਦੀ ਹੈ ਆਪਦੇ ਡੱਬੇ 'ਚ ਜਾ ਕੇ। ਦੇਖੋ ਬਈ ਕਿੰਨਾ ਜ਼ਿਆਦਾ ਪਿਆਰਾ ਵਿਊ ਹੈ ਯਾਰ, ਸਾਰਾ ਕੁਛ ਬਾਹਰ ਜੰਮਿਆ ਪਿਆ, ਇਹ ਵਿਊ ਹੀ ਇੰਨਾ ਪਿਆਰਾ ਹੈ ਯਾਰ। ਅੱਗੇ ਸਾਈਬੇਰੀਆ 'ਚ ਨਾ ਓਮੀਆ ਕੌਣ ਦਾ ਪਤਾ ਨਹੀਂ ਕਿੰਨਾ ਕੁ ਸਿਰਾ ਗੱਲਬਾਤ ਹੋ ਗਈ, ਮੈਂ ਤਾਂ ਬਹੁਤ ਜ਼ਿਆਦਾ ਐਕਸਾਈਟਡ ਹਾਂ ਜਰਨੀ ਵਾਸਤੇ। ਇਹ ਕਿੰਨੇ ਉੱਚੇ ਦਰੱਖਤ ਨੇ, ਇਹਨਾਂ ਤੋਂ ਹਿਸਾਬ ਲਾ ਲਓ ਆਪਾਂ ਕਿੰਨੀ ਜ਼ਿਆਦਾ ਹਾਈਟ 'ਤੇ ਹਾਂ। ਐਂ ਮੋੜ ਕੋਟ ਜੇ ਬਹੁਤ ਨੇ ਵੀ ਲੈਣ ਦੇ, ਅਤੇ ਬਾਹਲਾ ਸਿਰਾ ਵੀ ਹੁੰਦਾ ਮੋੜ ਦੇ ਦਾ। ਇਹ ਰਾਤ ਵਾਲੇ ਆਪਣੇ ਸੱਜਣ ਉੱਠ ਗਏ ਬਈ, ਤਾਂ ਇਹਨਾਂ ਨੂੰ ਗੁੱਡ ਮੋਰਨਿੰਗ ਬੋਲਤਾ, ਘੈਂਟ ਬੰਦੇ ਆ, ਬਾਸੀਆਂ ਲੈ ਰਿਹਾ। ਗੁੱਡ ਸਲੀਪ, ਇਹ ਗੱਲਬਾਤ ਬਈ। ਕਿੰਨਾ ਜ਼ਿਆਦਾ ਪਿਆਰਾ ਸ਼ਹਿਰ ਹੈ ਯਾਰ, ਛੋਟਾ ਜਿਹਾ ਹੈ, ਮੋਗੋ 'ਚ ਆਇਆ। ਦੇਖੋ ਰੋਡ 'ਤੇ ਲਗਭਗ ਵੀ 12-14 ਘੰਟੇ ਬਾਅਦ ਮੈਨੂੰ ਇੱਕ ਸ਼ਹਿਰ 'ਚ ਦੇਖਣ ਨੂੰ ਮਿਲ ਰਿਹਾ। ਦੇਖੋ ਬਰਫ 'ਚ ਲੁਕੇ ਹੋਏ ਘਰ ਸਾਰੇ, ਫੈਕਟਰੀ ਜੀ ਹੈ, ਚਿਮਨੀ ਚੱਲ ਰਹੀ ਹੈ ਸਵੇਰੇ, ਧੂੰਆਂ ਦੇਖੋ। ਉੱਤਰ ਗਿਆ ਚੱਕ ਕੇ ਝੋਲਾ ਚੋਬਰ ਲੈ, ਔਰ ਇਹ ਕਾਫੀ ਠੰਡ ਵਾਲਾ ਮਾਹੌਲ ਹੈ, ਫੂਕ ਲਏ ਇਹਨਾਂ ਨੇ ਤਾਂ ਆਪਦੇ ਭੱਠੇ ਚਲਾ ਲਏ। ਇੱਧਰ ਖੜੀ ਹੈ ਬਈ ਸਾਰੀ ਮਾਲ ਗੱਡੀ, ਇਹਦਾ ਰੰਗ ਦੇਖੋ ਕਿੰਨਾ ਘੈਂਟ ਹੈ ਬਈ, ਤੇਲ ਵਾਲੇ ਕੰਟੇਨਰ ਦਾ। ਉੱਤਰ ਗਈਆਂ ਇਹਦਾ ਚੱਕ ਕੇ ਬੈਗ ਜੇ, ਇਹਦਾ ਟੈਟੂ ਦੇਖੋ ਵੀ ਲੱਤ 'ਤੇ, ਨੋਰਮਲ ਇਹਦੇ ਵਾਸਤੇ ਕਿਉਂਕਿ ਇਹ ਜੰਮੇ ਪਲਿਆ ਵੀ ਇਹ ਤਾਪਮਾਨ 'ਚ। ਮੈਂ ਕੋਈ ਸਮੋਕਿੰਗ ਨਹੀਂ ਕਰਦਾ ਫਿਰ ਵੀ ਮੇਰੇ ਮੂੰਹ 'ਚੋਂ ਧੂੰਆਂ ਦੇਖੋ, ਮੂੰਹ 'ਚੋਂ ਪਾਪ ਉੱਥੇ ਨਿਕਲਦੀਆਂ ਨੇ ਜਿੱਥੇ ਬਹੁਤ ਜ਼ਿਆਦਾ ਠੰਡ ਹੋਵੇ। ਇਹ ਬਲੌਗ ਇੱਥੇ ਤੱਕ ਸੀ, ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਣਾ। ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ, ਅੱਗੇ ਸਫ਼ਰ ਬਾਹਲਾ ਸਿਰਾ ਹੋਣ ਵਾਲਾ।